ਭਾਈ ਦੇਖੋ ਪੰਜਾਬੀਓ ਅਤੇ ਸਾਡੇ ਦੇਸ਼ ਵਾਸੀਓ, ਇਹ ਸਾਰਾ ਮਾਰੂਥਲ ਸੀਗਾ ਅਤੇ ਫਿਰ ਵੀ ਇੱਥੋਂ ਦੀ ਕੰਟਰੀਆਂ ਨੇ ਇੰਨੇ ਕੁ ਜ਼ਿਆਦਾ ਟ੍ਰੀ ਪਲਾਂਟੇਸ਼ਨ ਇੱਥੇ ਕੀਤੀ ਹੋਈ ਹੈ ਨਾ ਕਿ ਵੈਦਰ ਨੂੰ ਫਿਰ ਵੀ ਕੰਟਰੋਲ ਕੀਤਾ, ਨੇਚਰ ਨਾਲ ਪਿਆਰ ਕਰ ਰਹੇ ਨੇ ਫੋਰਨ ਦੇ ਲੋਕ, ਪਰ ਆਪਾਂ ਕੁਦਰਤ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਾਂ। ਅਤੇ ਇਹ ਮਾਰੂਥਲ ਦੇ ਹੁੰਦਿਆਂ ਹੋਇਆਂ ਇਹਨਾਂ ਨੇ ਇੰਨੀ ਵਧੀਆ ਇੱਥੇ ਗ੍ਰੀਨਰੀ ਜਿਹੜੀ ਕ੍ਰੀਏਟ ਕੀਤੀ ਆ, ਤੁਸੀਂ ਵੇਖ ਸਕਦੇ ਹੋ ਜਿੱਥੇ ਤੱਕ ਨਿਗਾਹ ਜਾਂਦੀ ਸਾਰੇ ਪਾਸੇ ਟ੍ਰੀ ਲੱਗੇ ਆ। ਹਾਂਜੀ, ਅਤੇ ਸਾਡੇ ਲੱਗੇ ਲਗਾਏ ਰੁੱਖ ਅਸੀਂ ਜਿਹੜੇ ਉਹ ਪੁੱਟ ਪੁੱਟ ਕੇ ਬਸ ਟੈਸ ਨਹਿਸ ਕਰੀ ਜਾ ਰਹੇ ਹਾਂ। ਆਪਣਾ ਜਿਹੜਾ ਮਾਰੂਥਲ ਸੀਗਾ ਉਹਨਾਂ ਨੇ ਇਹਨੂੰ ਗ੍ਰੀਨਰੀ 'ਚ ਕਰਤਾ ਕ੍ਰੀਏਟ, ਅਤੇ ਜਿਹੜਾ ਸਾਡਾ ਪਹਿਲਾਂ ਗ੍ਰੀਨਰੀ ਸੀਗਾ ਉਹਨੂੰ ਅਸੀਂ ਮਾਰੂਥਲ ਬਣਾ ਰਹੇ ਹਾਂ। ਸੋ ਪਲੀਜ਼ ਆਪਾਂ ਇਸ ਚੀਜ਼ ਨੂੰ ਜਿਹੜਾ ਆ ਉਹ ਕੰਟਰੋਲ ਕਰੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ ਪੰਜਾਬ ਦੇ ਵਿੱਚ, ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਇੰਨੀ ਗਰਮੀ ਦੀ ਤਪਸ਼ ਦੇ ਵਿੱਚ ਜਿਹੜੀਆਂ ਉਹ ਸਰਵਾਈਵ ਕਰ ਸਕਣ।